ਪਹਿਲਾਂ ਸਾਰੇ ਪ੍ਰਾ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖ ਦਿਓ ਕਿ ਵਾਹਿਗੁਰੂ ਬਾਈ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਮੁਖਮਣ ਗਰਦਾਸਪੁਰੀਆ ਜੋ ਅਕਸਰ ਹੀ ਸਾਨੂੰ ਟਰੈਕਟਰ ਟੋਚਨਾ ਦੇ ਉੱਪਰ ਜਾਂ ਕਬੱਡੀ ਕੱਪਾਂ ਦੇ ਉੱਪਰ ਸਟੰਟ ਕਰਦਾ ਦਿਖਾਈ ਦਿੰਦਾ ਸੀ ਤੇ ਇਹ ਬਾਈ ਜਿਹੜਾ ਕਿ ਟੋਚਨ ਵੀ ਲਾਉਂਦਾ ਹੁੰਦਾ ਸੀ ਉਹ ਬੀਤੇ ਦਿਨ ਹੀ ਇੱਕ ਕਬੱਡੀ ਕੱਪ ਦੇ ਉੱਪਰ ਗਿਆ ਹੋਇਆ ਸੀ ਆਪਣਾ ਟਰੈਕਟਰ ਲੈ ਕੇ ਜਿੱਥੇ ਕਿ ਉਸਦੀ ਟਰੈਕਟਰ ਸਟੰਟ ਕਰਦਿਆਂ ਮੌਤ ਹੋ ਗਈ ਹੈ ਜੋ ਕਲਿੱਪ ਤੁਸੀਂ ਆਪਣੀ ਸਕਰੀਨ ਉੱਪਰ ਵੀ ਜਲਦੀ ਦੇਖ ਸਕਦੇ ਜਿਸ ਦੇ ਵਿੱਚ ਉਹ ਪਹਿਲਾਂ ਟਰੈਕਟਰ ਨੂੰ ਅੱਗੋਂ ਖੜਾ ਕਰਕੇ ਫੁੱਲ ਰੇਸ ਦੇ ਉੱਪਰ ਤੇ نیچے ਉਤਰ ਜਾਂਦਾਗਾ ਤੇ ਟਰੈਕਟਰ ਦਾ ਬੈਲੈਂਸ ਜਿਹੜਾ ਕਿ ਉਹ ਵਿਗੜਨਾ ਸ਼ੁਰੂ ਹੋ ਜਾਂਦਾ ਜਦੋਂ ਸੁਖਮਣ ਉਸ ਟਰੈਕਟਰ ਨੂੰ ਬੰਦ ਕਰਨ ਲਈ ਕੋਲ ਜਾਂਦਾਗਾ ਤਾਂ ਉਸ ਦਾ ਪੈਰ ਉੜਕ ਜਾਂਦਾਗਾ ਜਿਸ ਕਾਰਨ ਉਹ ਟਰੈਕਟਰ ਦੇ ਅੱਗੇ ਹੀ ਡਿੱਗ ਜਾਂਦਾਗਾ ਜਿਸ ਕਾਰਨ ਟਰੈਕਟਰ ਦੇ 2-3 ਸਲਿੱਪ ਨੇ ਜਿਹੜੇ ਕਿ ਉਸ ਦੇ ਉੱਪਰ ਹੀ ਨਿਕਲ ਜਾਂਦੇ ਨੇ ਤੇ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਆ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਸਾਰੇ ਭਰਾ ਵਾਹਿਗੁਰੂ ਜਰੂਰ ਲਿਖ ਕੇ ਵਾਹਿਗੁਰੂ ਬਾਈ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਸੋ ਬਾਕੀ ਤੁਸੀਂ ਇਨ੍ਹਾਂ ਗੱਲਾਂ ਬਾਰੇ ਕੀ ਸੋਚਦੇ ਹੋ ਕਿ ਇਹ ਜੋ ਸਟੰਟ ਕਰਦੇ ਨੇ ਇਹ ਸਹੀ ਨੇ ਜਾਂ ਗਲਤ ਨੇ ਪਰ ਬੰਦੇ ਨੂੰ ਟਰੈਕਟਰ ਤੇ ਹੋਣਾ ਵੀ ਜ਼ਰੂਰੀ ਆ ਕਿਉਂਕਿ ਜੇ ਟੱਕਰ ਟਰੈਕਟਰ ਨਾਲ ਡਿੱਗ ਜਾਂਦਾ ਤੇ ਇਹ ਕੀ ਪਤਾ ਟਰੈਕਟਰ ਕਿੰਨੇ ਲੋਕਾਂ ਨੂੰ ਮਾਰ ਦਿੰਦਾ ਬਾਕੀ ਇਹਨਾਂ ਗੱਲਾਂ ਬਾਰੇ ਤੁਸੀਂ ਵੀ ਵਿਚਾਰ ਆਪਣੇ ਕਮੈਂਟ ਬਾਕਸ ਦੇ ਵਿੱਚ ਸਾਂਝੇ ਜ਼ਰੂਰ ਕਰਕੇ ਜਾਓ